așa, bogăsă, poza lui Iisus al Fiei, care am umilă cu creazul lui de Dumnezeu pe care se la orice soară. Orice soară. Iubi. Ia și mată. Bine. ਤੇ ਵਾਂਗ ਨੂੰ ਮੈਂ ਪਤਾ ਨਾ ਕਿ ਮੇਰਾ ਉਮਾਇਦਾ ਮੂਹੀ ਨਾਸਕ ਪੁਕਾਰਾ ਜਾਏ।
ਪੰਜਾਬ ਨੇ ਤਾਰੀਖ ਦੇ ਉਹਨੂੰ ਦਿਵਜਨਾ ਲਈ ਆਪਣਾ ਨਾਮ ਚੇਂਜ ਕਰ ਦਿੱਤਾ ਹੈ, ਸਾਰੇ ਨਹੀਂ ਚੇਂਜ ਕੀਤਾ, ਸਾਰੇ ਇਸ ਨੂੰ ਹਿੰਦੂ ਹੀ ਰਖਵਾਇਆ। ਇਸ ਖਾਤਰ ਕਿ ਜਿਹੜਾ ਪੁਰਾਣਾ ਨਾਮ ਹੈ, ਪੁਰਾਣੀ ਅਵਸਥਰੀ ਹੈ, ਅਗਰ ਇਸ ਖਿੱਤੇ ਦੇ ਸਭ ਤੋਂ ਵੱਡਾ ਦਰਿਆ ਆਇਆ ਤੇ ਉਹ ਦਰਿਆਏ ਹਿੰਦ ਆਇਆ, ਜਿਸ ਨੂੰ ਦਰਿਆ ਸਿੰਧ ਸੀ ਕਹਿੰਦੇ। ਤਹਿਜ਼ੀਬਾਂ ਦਾ ਹਵਾਲਾ ਦਰਿਆਵਾਂ ਦੇ ਨਾਲ ਹੈ, ਮਿਸਰ ਦੀ ਤਹਿਜ਼ੀਬ ਦਾ ਹਵਾਲਾ ਦਰਿਆ ਨੀਰ ਦੇ ਨਾਲ ਹੈ। ਇਸੇ ਤਰੀਕੇ ਤੇ ਤੁਸੀਂ ਹੋਰ ਵੀ ਵੱਡੇ ਵੱਡੇ ਖਿੱਤੇ ਦੇਖੋ, ਜਿੱਥੇ ਵੀ ਦਰਿਆ ਹੁੰਦਾ, ਜਿੱਥੇ ਪਾਣੀ ਹੁੰਦਾ, ਉੱਥੇ ਆਬਾਦੀ ਹੁੰਦੀ ਹੈ, ਜਿੱਥੇ ਆਬਾਦੀ ਹੁੰਦੀ ਹੈ ਉੱਥੇ ਤਹਿਜ਼ੀਬ ਹੁੰਦੀ ਹੈ। ਉਸ ਤਹਿਜ਼ੀਬ ਦਾ ਹਵਾਲਾ ਉਸ ਦਰਿਆ ਦੇ ਨਾਲ ਹੁੰਦਾ, ਸਾਡਾ ਹਵਾਲਾ ਹਿੰਦ ਨਾਲ ਹੈ, ਦਰਿਆ ਹਿੰਦ, ਬਹਿਰੇ ਹਿੰਦ, ਹਿੰਦ ਉਸੇ ਵਕਤ ਪਹਿਲਾਂ ਹਿੰਦ ਤੋਂ ਕੁਛ ਸਾਰੇ ਇਸ ਨਾਮ ਨੂੰ ਪ੍ਰਕਾਰ ਰਖਵਾਇਆ। ਫਹਿਮ ਦੀ ਜ਼ਰੂਰਤ ਹੈ ਕਿ ਅਗਰ ਤੁਹਾਡੇ ਸਿਰ ਸਵਾਲ ਕਰ ਰਹੇ ਤੁਸੀਂ ਕੌਣ ਹੋ, ਤੁਸੀਂ ਕਹੋ ਮੈਂ ਹਿੰਕੋ, ਅਗਰ ਤੁਸੀਂ ਹਿੰਕੋ ਕਹੋ, ਕਿਉਂਕਿ ਇਸਦੀ ਅਵਲਾਦ ਦੀ ਜ਼ਰੂਰਤ ਹੈ। ਇਨਕੋ ਸਿਰਫ ਜ਼ਬਾਨ ਦਾ ਨਾਮ ਨਹੀਂ ਕਹਾ, ਇਨਕੋ ਤਹਿਜ਼ੀਬ ਦਾ ਨਾਮ ਹੈ, ਇਨਕੋ ਤਮਦਨ ਦਾ ਨਾਮ ਹੈ, ਇਨਕੋ ਸਕਾਫਤ ਦਾ ਨਾਮ ਹੈ, ਇਨਕੋ ਸਾਰੀ ਤਾਰੀਖ ਦਾ ਨਾਮ ਹੈ। ਸਾਨੂੰ ਇਸ ਚੀਜ਼ ਸ਼ਰਮਾਉਣ ਦੀ ਜ਼ਰੂਰਤ ਨਹੀਂ ਗੀ। ਅਗਰ ਅਸੀਂ ਇਸ ਚੀਜ਼ ਨੂੰ ਸਮਝ ਲਈਏ, ਇਸ ਪੂਰੇ ਹਿਸਟਰੀ ਨੂੰ ਸਮਝ ਲਈਏ, ਹਿਸਟਰੀ ਲਿਖੀ ਜਾਵੇ ਪ੍ਰੋਪਰ ਤਰੀਕੇ ਦੇ, ਅਸੀਂ ਕਰਨਾ ਪੈਣਾ। ਇਹ ਡਾਕਟਰ ਲਾਈਵਾਂ ਸਭ ਤਲਵਾਨ ਸਾਹਿਬ ਨੇ ਜਿਹੜਾ ਕੰਮ ਕੀਤਾ ਹੋਇਆ, ਅਗਰ ਸਾਨੂੰ ਇੱਕਦਮ ਮਹਿਲ ਦਾ ਅਸੀਂ ਇਸਨੂੰ ਅੱਗੇ ਚਲਾਉਂਦੇ ਰਹੇ, ਅਤੇ ਅਗਰ ਜਦੋਂ ਉਹਨਾਂ ਨੇ ਹਿੰਦੂ ਨੂੰ ਯੂਰਪ ਵਿੱਚ ਤਲਾਸ਼ ਕਰ ਲਿੱਤਾ, ਹਿੰਦੂ ਨੂੰ ਅਸੀਂ ਨੇਪਾਲ ਵਿੱਚ ਤਲਾਸ਼ ਕਰ ਸਕਦੇ ਹਾਂ, ਹਿੰਦੂ ਨੂੰ ਅਸੀਂ ਬੰਗਲਾਦੇਸ਼ ਵਿੱਚ ਤਲਾਸ਼ ਕਰ ਸਕਦੇ ਹਾਂ। ਸਾਡੀ ਕਾਕੂ ਨੂੰ ਜ਼ਰੂਰਤ ਆਈਆਂ, ਇਨਸ਼ਾਅੱਲਾ ਅਸੀਂ ਅਗਲੀ ਕੰਮ ਨੂੰ ਜਿਹਨਾਂ ਨੂੰ ਹੁੰਦਾ ਸੀ, ਉਹਨਾਂ ਦਾ ਤਾਂ ਉਹ ਬੰਗਲਾਦੇਸ਼ ਚਲਾ ਦੇ। ਡਾਕਟਰ ਨਾਰਾਇਣ ਦੇਵ ਜੀ ਉਹ ਜੋਜਾਉਣਾ, ਉਹ ਪ੍ਰਦਾਤ ਖੁਦ ਲਿੰਗੁਇਸਟ ਹਨ, ਬੜੀ ਬਹੁਤ ਬੜੀ ਲਿੰਗੁਇਸਟ ਹਨ। ਬਸ ਸਾਡੀ ਕਿਸਮਤ ਸੀ ਕਿ ਉਹ ਕੰਮ ਵਿੱਚ ਪੰਜ ਛੇ ਬੰਦੇ ਨਹੀਂ ਆ ਸਕੇ, ਉਸਦੀ ਵਜ੍ਹਾ ਇਹ ਕਿ ਸਾਡੇ ਕੋਲ ਵਸਾਇਲ ਨਹੀਂ ਗਏ, ਸਾਡੇ ਕੋਲ ਵਸਾਇਲ ਨਹੀਂ ਗਏ ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਬੁਲਾ ਸਕਦੇ, ਅਪਰਾਧੀ ਯਾਦ ਰੱਖੀ ਅਤੇ ਸੈਕਟਰੀਅਟ ਦੇ ਯਾਦ ਰੱਖੀ, ਜਿੰਨਾ ਸਾਰੇ ਕੰਮ ਕੀਤਾ ਆਪਣੇ ਬਸ ਸੀ, ਬਹੁਤ ਵੱਡਾ ਕੰਮ ਕੀਤਾ ਨੇ, ਯਕੀਨ ਕਰੋ ਸਾਰੇ ਆਪਣੇ ਬਸ ਸੀ 20 ਗੁਣਾ ਜ਼ਿਆਦਾ ਕੰਮ ਕੀਤਾ। ਅਗਰ ਸਾਡੇ ਕੋਲ ਵਸਾਇਲ 20 ਗੁਣਾ ਹੁੰਦੇ ਤਾਂ ਅਸੀਂ 100 ਗੁਣਾ ਕੰਮ ਕਰ ਸਕਦੇ, ਇਨਸ਼ਾਅੱਲਾ ਇਨਸ਼ਾਅੱਲਾ ਤਾਲਾ ਸੀ ਆਇੰਦਾ ਅਸੀਂ ਨਾਲ ਬੁਲਾ ਸੀ, ਹੋਰ ਲੋਕਾਂ ਨੂੰ ਬੁਲਾ ਸੀ। ਜਿਸ ਨੂੰ ਤੁਹਾਨੂੰ ਸਵਾਲ ਕੀਤਾ ਸਾਡਾ ਬੱਚਾ ਸਵਾਲ ਕਰਨਾ ਸਿਖਾ ਸਕਦਾ, ਬਿਲਕੁਲ ਬੇਸ਼ੱਕ ਬੜਾ ਅੱਛਾ ਸਵਾਲ ਹੈ, ਇਹਦਾ ਜਵਾਬ ਆਉਣਾ ਚਾਹੀਦਾ। ਇਸ ਖਾਤਰ ਕਿ ਸਾਨੂੰ ਅਗਰ ਇਸ ਕਿੱਤੇ ਅੱਗੇ ਅਨੁਭਵ ਤਰੀਕੇ ਨਾਲ ਰਹਿਣਾ, ਦੇਖੋ ਜਿਸ ਤਰ੍ਹਾਂ ਕਲੈਸ਼ ਆਫ ਕਲਚਰਸ, ਕਲੈਸ਼ ਆਫ ਸਿਵਲਾਈਜੇਸ਼ਨ ਹੁੰਦੇ ਨੇ, ਇਹ ਹਕੀਕਤ ਹੁੰਦੀ ਹੈ। ਅਗਰ ਕੋਈ ਮੋੜ ਲਵੇ, ਅੱਛਾ ਮੁੱਠ ਲਵੇ, ਜਾਂ ਆਪਣੀ ਗਰਦਨ ਰੇਤ ਛੁਪਾ ਲਵੇ, ਤੂਫਾਨ ਰੁਕਦੇ ਨਹੀਂ ਗਏ। ਲੇਕਿਨ ਅਸੀਂ ਇੱਕ ਮਤਬੜੀ ਦੇ ਨਾਲ, ਅਸੀਂ ਪੂਰੇ ਜਜ਼ਬੇ ਦੇ ਨਾਲ, ਅਸੀਂ ਆਪਸੀ ਸਬਰ ਬਰਦਾਸ਼ਤ ਦੇ ਨਾਲ, ਅਸੀਂ ਦੂਸਰੇ ਦੀ ਇੱਜ਼ਤ ਕਰਕੇ ਆਪਣੀ ਗੱਲ ਕਰਾਉਣਾ ਚਾਹੁੰਦੇ, ਅਸੀਂ ਕੋਈ ਡੋਨ ਕੋਈ ਜਾਤੀ ਦੇ ਨਾਲ ਕੋਈ ਦਬਾਅ ਦੇ ਨਾਲ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ। ਸਾਡਾ ਇਹ ਖਿੱਤਾ, ਸਾਡਾ ਇਹ ਨਾਮ ਹਿੰਦ ਕੋ, ਇਹ ਬੇਕਾਇਦਾ ਸਿਰਫ ਤਹਿਜ਼ੀਬ ਦਾ ਨਾਮ ਨਹੀਂ ਮੰਨੇ, ਇਹ ਜ਼ੁਬਾਨ ਦਾ ਨਾਮ ਨਹੀਂ, ਇਹ ਤਹਿਜ਼ੀਬ ਦਾ ਨਾਮ। ਸ਼ੁਕਰੀਆ। ਉਹ ਮਤਲਬ ਨਹੀਂ ਹੈ ਕਿ
एक्टिविटी उससे पहले टीचर यूनियन तो इनको बोले हुए इस तरह अधिक भी करते हैं। असल सारे मुसीबत हो गई जितने भी असी इनको बोले हैं अपने बच्चे उर्दू भाई बोलते हैं अक्सर अक्सर है लड़कियों के जो ज़्यादा इनको बोले अपने बच्चे उर्दू वो भी खुद भी जान उर्दू ही करता हूँ तो एक तरीके की कुछ स्कूल जाओ तो स्कूल डिबेट कराओ इनको जो मुझा उपाय से कराओ ताकि बच्चों के जान शो पैदा हो बुनियादी तौर पर सबसे पहले का मैं साफ तौर पर जिस तरीके से बैठते हैं जिस तरीके करते हैं साढ़े इनको वहां जितने भी है साढ़े कुछ करना बड़ी मुश्किल है साढ़े से कुछ कोताही कोताही ये हुई है कि साढ़े हर कौन के प्लस पॉइंट होंगे हर कौन के नेगेटिव हर इंसान के प्लस पॉइंट होंगे हर इंसान के नेगेटिव पॉइंट पर किस चीज के नाल सारे कपड़े जो मल्टी पॉइंट है सानू बड़ा हाईलाइट है। मैं जितने भी जा रहा हूँ कुछ लोग ऐसी गल करते यार आप उसी कॉम्बिनेशन से लोग यार असी जिसे गाड़ी जाप दी है उस जगह सानू चाहिए कि असी अपने बदले जाए पुरानी जगह दी है बस है सामने इस तरह मतलब लेकिन कुछ इसमें देखो कि ये सारा पास है अगर सारे एक ऑफिसर की जगह पे मौजूद है सारा हेड ऑफ डिपार्टमेंट है दे अगर उसने कपड़े बदले ले ये उसका बंद पॉइंट नहीं ना ये उसका पास है पॉइंट इस है कि सारे जगह तमद्दुन है सारे जगह तहजीब है इस सारे सारे से संबंधित है इससे सारे अमल इससे सारे एजुकेशन इससे सारे अवेयरनेस ਜਿਹੜਾ ਵੀ ਬੰਦਾ ਅਵੇਅਰ ਹੋ ਸੀ ਜਿਹੜਾ ਵੀ ਬੰਦਾ ਤਮੱਦਨ ਦਾ ਬੰਦਾ ਹੋ ਸੀ ਉਹ ਬਾਇਸ ਨਾ ਹੋ ਸੀ ਉਹ ਬਾਇਸ ਦਾ ਸ਼ਿਕਾਰ ਨਾ ਹੋ ਸੀ ਉਹ ਕਦੀ ਵੀ ਕੰਮ ਨਾ ਕਰ ਸੀ ਅਮੈਰੀਕਨ ਨਜ਼ਰਅੰਦਾਜ਼ ਕਰੇ ਸਾਡੇ ਲੋਕਾਂ ਨੇ ਵੀ ਅਮੈਰੀਕਨ ਨਜ਼ਰਅੰਦਾਜ਼ ਨਹੀਂ ਕੀਤਾ ਤੇ ਸਾਨੂੰ ਮੈਰਿਟ ਨੂੰ ਫਾਲੋ ਕਰਕੇ ਜਿਸ ਦਾ ਚੜ੍ਹਾਤਾ ਹੈ ਸਾਨੂੰ ਉਹ ਦਿੱਤਾ ਇਸ ਵਿੱਚ ਅੱਜ ਦੇ ਰਿਸ਼ਤੇਦਾਰ ਰਹੇ ਉਹਨਾਂ ਨੇ ਗੱਲ ਕਹਿੰਦੇ ਕਿ ਮੈਂ ਇੱਕ ਵਾਰ ਡਾਕਟਰ ਵਕੀਲ ਸਾਹਿਬ ਵਾਈਸ ਚਾਂਸਲਰ ਨੇ ਪੁਰਾ ਦੋਸ਼ ਕੇ ਡਿਵੀਸ਼ਨ ਕਹਿੰਦੇ ਮੈਂ ਉਹਨਾਂ ਦੀ ਕਲਾਸ 'ਚ ਬੈਠੇ ਮੈਂ ਅਤੇ ਹੋਰ ਇੱਕ ਵਨ ਹੈ ਵਕੀਲ ਸਾਹਿਬ ਦੇ ਬੱਚੇ ਪਰ ਦਿਨੇਸ਼ ਪੁਰ ਨੇ ਬਾਕੀ ਜਿਹੜੇ ਵਨ ਸ਼ੀਲਾ ਕਹਿੰਦਾ ਦੇ ਕੇ ਲੋਕ ਨੇ ਹੋਰ ਜ਼ਬਾਨ ਬੋਲੀ ਹੋਏ ਪਰ ਉਹਨੂੰ ਖੁਦ ਇਹ ਗੱਲ ਉਹਨੂੰ ਮਤਲਬ ਅੱਛੀ ਗਾ ਉਹਨੂੰ ਥੋੜ੍ਹਾ ਜਿਹਾ ਜ਼ੋਰ ਦਿੱਤਾ ਉਹਨੂੰ ਥੋੜ੍ਹੀ ਜਿਹੀ ਜਿਹੜਾ ਜ਼ੋਰ ਦਾ ਸਮਝੀ ਇਹ ਕਹਿੰਦਾ ਸਾਡੇ ਲੋਕ ਨੇ ਉਹਨੂੰ ਕੁਛ ਦਿੱਤਾ ਕਹਿੰਦੇ ਉਸ ਜਗ੍ਹਾ 'ਤੇ ਜੇ ਦੂਸਰੇ ਲੋਕ ਬੈਠੇ ਅਮੀਰ ਕਿਹਾ ਉਹਦੀ ਦੇਸ ਹੈ ਉਹਨਕੇ ਡਾਕਟਰ ਸਾਹਿਬ ਡਾਕਟਰ ਵਕੀਲ ਸਾਹਿਬ ਕਹਿੰਦੇ ਮੇਰੇ ਸ਼ਿਕਾਇਤ ਹੈ ਦੂਸਰੇ ਜ਼ਬਾਨ ਇਤਨੇ ਸਾਨੂੰ ਜਿੰਨਾ ਸਾਡੀ ਬੇਇੱਜ਼ਤੀ ਕੀਤੀ ਇਤਨੇ ਸਾਨੂੰ ਇੰਨਾ ਜ਼ੋਰ ਦਿੱਤਾ ਤੇ ਇਹਨਾਂ ਦੋ ਨੇ ਕੁਛ ਵੀ ਨਹੀਂ ਕੀਤਾ ਇਹ ਜੀ ਯਕੀਨ ਮੰਨੋ ਉਹ ਬੰਦਾ ਰਸਮੀਏ ਕਹਿੰਦੇ ਕਹਿੰਦੇ ਡਾਕਟਰ ਜੀ ਨੇ ਜਵਾਬ ਦੇ ਦਿੱਤਾ ਉਹਨਕੇ ਇਹ ਜਿਹੜੇ ਦੋ ਜਿਹੜੇ ਨੇ ਉਹਨਾਂ ਨੇ ਕੁਛ ਨਹੀਂ ਕਿਹਾ ਨਾ ਕਿ ਤੁਹਾਡੇ ਕਲਚਰਲੀ ਜ਼ਹਿਰੀ ਤੌਰ ਤੇ ਸੋ ਸਾਲੇ ਮੈਨੇ ਸਿਰਫ ਗੱਲ ਕੀਤੀ ਹੋਈ ਗੱਲ ਸਿਰਫ ਕੀਤੀ ਹੈ ਕਿ ਸਮਝ ਲੈ ਕਿ ਕੀ ਦਾ ਮਤਲਬ ਕਿ ਕਹਿੰਦੇ ਕਮਰੇ ਲੇਕਿਨ ਉਹਨੂੰ ਪਤਾ ਕਿ ਕੋਈ ਮੈਂ 10 ਸਾਲ ਦਾ ਸੀ ਤੁਸੀਂ ਵੱਧ ਵੀ ਕੁਝ ਕਰ ਸਕਦਾ ਨਾ ਕਰ ਸਕੀ ਕਿ ਤੁਹਾਡਾ ਕੁਝ ਕਰ ਸਾਰੇ ਅਗਰ ਅਕਬਰ ਪਰਵੀ ਨਹੀਂ ਸਾਰੇ ਅਗਰ ਮੈਰਿਟ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਸਾਰੇ ਅਗਰ ਆਪਦੀ ਗੱਲ ਕੀਤੀ ਕਿ ਸਾਡਾ ਪਲੱਸ ਜਿਸ ਦੀ ਬੁਨਿਆਦ ਤੇ ਤੁਸੀਂ ਦੇਖੋ ਕਿ ਹਰ ਜਗ੍ਹਾ ਤੇ ਹੁਣ ਵੀ ਬਾੜੀ ਸੰਕੀ ਦੀ ਮੈਂ ਤਾਂ ਜਗ੍ਹਾ ਤੇ ਕਹਿੰਦਾ ਹਾਂ ਕਿ ਸਾਡੀ ਕੌਮ ਦੀ ਜੇ ਸਾਡੇ ਸੇ ਫਖਰ ਦੀ ਗੱਲ ਹੈ ਕਿ ਜਿਸ ਤਰ੍ਹਾਂ ਮੇਰੇ ਸੇ ਮੇਰੀ ਬੇਟੀ ਬੜਾ ਬੜਾ
लोग को डिटेल ले चुके हो, थोड़े साथ ही ना पढ़ लिए, थोड़े इतना मन खास कर रहे हैं, सात पदे इतनी शर्म ठीक है, थोड़े बच्चे पॉइंट में ठीक है, ऐसी आसी ज्यादा भी उपास ज्यादा खर्चा कर दिया, ऐसी आसी ज्यादा जो कहते हैं बाजी जगह पे बेचार सर ठीक है, ये सारा बच्चे लेकिन देखो जिस जगह देखो वन उस जगह की जमीन महंगी है, तुम हुसैनाबाद शेखाबाद देख लो, एक तरफ शेखाबाद है एक तरफ हुसैनाबाद है, सिर्फ बेचारे की सूखी एक सड़क है जिनके दोनों को जुदा करती है, इस तरफ जमीन चढ़ी है वो 15 लाख रुपये जिसे गुहान रहते सड़क उस पार जिसे गुहान नहीं रहते उसे जमीन 7.5 लाख रुपये कर रहे हैं बिल्कुल अधिक नहीं रहते, ये थोड़ा प्लस जिसे जिसे गुहान रहते उसे जाके देखो कि गलियां बड़ी अच्छी है, सड़क छोड़ी है, कॉर्नर जो है बिल्कुल 90 डिग्री एंगल पर सारी गलियां पर चलती है, जैसे गुलवार नंबर एक गुलवार नंबर दो देखो साड़ी जी आज जनरेशन है उसको पता चले तो बड़े फकर इनको होंगे, वजह